ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਦਾਵਰਤ ਗੁਰਦੁਆਰਾ ਸਾਹਿਬ, ਜਿੱਥੇ ਪੰਜ ਗੁਰੂ ਸਾਹਿਬਾਨਾਂ ਦੇ ਚਰਨ ਛੋਹ ਪ੍ਰਾਪਤ ਹੈ ਧਰਤੀ, ਜਿੱਥੇ ਅੱਜ ਹਰ ਸਾਲ ਦੀ ਤਰ੍ਹਾਂ ਮਾਘੀ ਦਾ ਮੇਲਾ, ਅੱਜ ਲਾਸਟ ਦਿਨ ਮਾਘੀ ਦਾ ਮੇਲਾ ਮਨਾਇਆ ਜਾ ਰਿਹਾ। ਸਿੱਖ ਸੰਗਤਾਂ ਇੱਥੇ ਪ੍ਰਾਪਤ ਕਰ ਰਹੀਆਂ ਗੁਰੂ ਦੀਆਂ ਖੁਸ਼ੀਆਂ, ਸਾਰੇ ਨਮਸਤਕ ਹੋ ਰਹੇ ਹਨ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ। ਤੁਸੀਂ ਦੇਖ ਰਹੇ ਹੋ ਕਿਵੇਂ ਇੱਥੇ ਮਾਮਾ ਕੇ ਸੇਵਾ ਕਰ ਰਹੀ ਹੈ ਸਿੱਖ ਸੰਗਤ। ਸੋ ਪਰਮਾਤਮਾ ਨੇ ਜਿੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸਵਾ ਸਟਾਰਟ ਹੋ ਕੇ ਅੱਜ ਇੱਥੇ ਸਮਾਪਤੀ ਹੁੰਦੀ ਹੈ, 3 ਦਿਨ ਦਾ ਮੇਲਾ ਇੱਥੇ ਭਰਿਆ ਜਾਂਦਾ ਹੈ। ਸੋ ਮੈਂ ਸੰਗਤਾਂ ਨੂੰ ਅਪੀਲ ਵੀ ਕਰਦਾ ਕਿ ਹਰ ਸਾਲ ਇੱਥੇ ਆ ਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਆਪਣੇ ਪਰਿਵਾਰ 'ਚ ਸੇਵਾ ਦਾ ਕਰਨ ਦਾ ਬਲ ਬਖਸ਼ੇ ਸਿੱਖ ਸੰਗਤ ਨੂੰ। ਸਭ ਨੂੰ ਬਹੁਤ ਬਹੁਤ ਮੁਬਾਰਕਾਂ ਮਾਘੀ ਮੇਲੇ ਦੀਆਂ।